ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਤਮਾਮ ਦੇਖਣ ਔਰ ਸੁਣਨ ਵਾਲਿਆਂ ਨੂੰ ਅਸਲਾਮ ਅਲੈਕਮ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਜੱਟ ਜ਼ਿਮੀਦਾਰ ਵਲੌਗ ਸੇ ਨਾਮ ਤੋਂ, ਇਹਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਦੇ ਰਹਿਣਾ। ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਅੱਜ ਆਪਣੀ ਮੱਕੀ ਦੀ ਫਸਲ ਮੌਸਮੀ ਮੱਕੀ ਉਹਨੂੰ ਜਿਹੜਾ ਸਪਰੇਅ ਕਰਦੇ ਪਏ, ਔਰ ਅੱਜ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਕਿ ਇਹ ਸਾਡੀ ਮੱਕੀ ਦੀ ਫਸਲ ਅੱਜ ਕਿੰਨੇ ਦਿਨ ਦੀ ਹੋ ਗਈ, ਕਿੰਨੇ ਸਪਰੇਅ ਕਰ ਦਿੱਤੇ ਨੇ ਔਰ ਕਿੰਨੀ ਇਹਨੂੰ ਖਾਦ ਪਾ ਚੁੱਕੇ ਹਾਂ। ਔਰ ਮੌਸਮੀ ਜਿਹੜੀ ਮੱਕੀ ਹੈ ਇਹਨੂੰ ਜਿਹੜੀ ਇਬਤਦਾਈ ਖਾਦ ਉਹ ਕਦੋਂ ਪਾਉਣੀ ਚਾਹੀਦੀ ਹੈ, ਕਿੰਨੀ ਕੁ ਜਿਹੜੀ ਉਹ ਪਾਉਣੀ ਚਾਹੀਦੀ ਹੈ, ਉਹ ਚੰਦ ਗੱਲਾਂ ਜਿਹੜੀਆਂ ਆਪਣੇ ਭਾਈਆਂ ਨਾਲ ਮੈਂ ਸ਼ੇਅਰ ਕਰਾਂਗਾ। ਔਰ ਇਹ ਮੱਕੀ ਅਸੀਂ ਅਗਸਤ ਦੇ ਸ਼ੁਰੂ ਦੇ ਵਿੱਚ ਕਾਸ਼ਤ ਕੀਤੀ ਸੀ ਔਰ ਅੱਜ ਅਗਸਤ ਦਾ ਐਂਡ ਹੋ ਗਿਆ ਔਰ ਕਮਬੇਸ਼ ਅੱਜ ਇਹ 25 ਦਿਨ ਦੀ ਫਸਲ ਹੋ ਗਈ ਆ। ਕੋਈ ਇੱਕ ਅੱਧ ਦਿਨ ਦਾ ਵਾਧਾ ਘਾਟਾ ਤਾਂ ਹੋ ਸਕਦਾ ਵਾ, ਬਾਕੀ ਅਲਹਮਦੁਲਿਲਾ ਮਾਸ਼ਾਅੱਲਾ ਇਹਦੀ ਗਰੋਥ ਠੀਕ ਹੈਗੀ ਹੈ। ਬਾਰਿਸ਼ਾਂ ਕਾਫੀ ਜ਼ਿਆਦਾ ਸਾਡੇ ਇਲਾਕੇ 'ਚ ਹੋਈਆਂ ਨੇ, ਬਲਕਿ ਅਸੀਂ ਬਾਰਿਸ਼ਾਂ ਦੇ ਵਿੱਚ ਹੀ ਇਹ ਜਿਹੜੀ ਕਾਸ਼ਤ ਕੀਤੀ ਸੀਗੀ ਔਰ ਅਸੀਂ ਕਾਸ਼ਤ ਕਰਕੇ ਹਟੇ ਅਤੇ ਬਾਰਿਸ਼ਾਂ ਜਿਹੜੀ ਸਟਾਰਟ ਹੋ ਗਈਆਂ। ਮਾਸ਼ਾਅੱਲਾ ਜਰਮੀਨੇਸ਼ਨ ਵੀ ਇਹਦੀ ਬਿਹਤਰੀਨ ਰਹੀ ਹੈ, 20 ਏਕਰ ਹੀ ਲੱਗ ਜਾਵੇ ਫਿਰ ਉਸ ਤੋਂ ਬਾਅਦ ਮਾਸ਼ਾਅੱਲਾ ਉਹਦੀ ਜਰਮੀਨੇਸ਼ਨ ਠੀਕ ਹੋ ਜਾਂਦੀ, ਕੋਈ ਫਰਕ ਨਹੀਂ ਪੈਂਦਾ। ਜ਼ਿਆਦਾ ਬਾਰਿਸ਼ ਨਾ ਆਵੇ ਆ, ਇਹਨਾਂ ਵੇ ਹੱਥਾਂ ਕਿ ਇੰਨੀ ਜ਼ਿਆਦਾ ਬਾਰਿਸ਼ ਆਵੇ ਕਿ ਜਿਹੜੀਆਂ ਖੇਲੀਆਂ ਨੇ ਉਹ ਡੁੱਬ ਜਾਣ, ਫਿਰ ਜਿਹੜੀ ਉਹਦੀ ਜਰਮੀਨੇਸ਼ਨ ਮੁਤਾਸਰ ਹੁੰਦੀ, ਅਦਰਵਾਈਜ਼ ਅਗਾਹ ਠੀਕ ਹੋ ਜਾਂਦਾ ਵਾ। ਔਰ ਅੱਜ ਇਹਨਾਂ 25 ਦਿਨਾਂ ਦੇ ਵਿੱਚ ਅਸੀਂ ਇਹਨੂੰ ਜਿਹੜੀ ਖੁਰਾਕ ਦੇ ਚੁੱਕੇ ਹਾਂ, ਅੱਜ ਅਸੀਂ ਜਿਹੜਾ ਨੂੰ ਸਪਰੇਅ ਕਰਦੇ ਪਏ ਸੁੰਡੀ ਵਾਸਤੇ ਕਰਦੇ ਪਏ ਐਮਾਮੈਕਟਨ ਔਰ ਲਿਊਫਰਾਨ ਦਾ, ਔਰ ਜ਼ਿਆਦਾਤਰ ਸੁੰਡੀ ਵਾਸਤੇ ਅਸੀਂ ਇਹ ਹੀ ਸਪਰੇਅ ਇਸਤੇਮਾਲ ਕਰਦੇ, ਬਾਕੀ ਵੀ ਕਰਦੇ ਲੇਕਿਨ ਜ਼ਿਆਦਾਤਰ ਇਸ ਸੀਜ਼ਨ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਹੈ ਉਹ ਅੱਛਾ ਆ ਰਿਹਾ ਵਾ, ਠੀਕ ਹੈ। ਔਰ ਅਸੀਂ ਜਿਹੜਾ ਕਰ ਰਹੇ ਮਿਕਸਰ ਨਹੀਂ ਲੈ ਰਹੇ, ਅਲੱਗ ਐਮਾਮੈਕਟਨ ਅਲੱਗ ਲੈ ਕੇ ਆ ਰਹੇ ਔਰ ਲਿਊਫਰਾਨ ਅਲੱਗ ਲੈ ਕੇ ਆ ਰਹੇ ਔਰ ਰਿਜ਼ਲਟ ਉਹਨਾਂ ਦਾ ਠੀਕ ਹੈਗਾ। ਔਰ ਮੱਕੀ ਦੀ ਫਸਲ ਦੇ ਨਾਲ ਥੋੜ੍ਹਾ ਜਿਹਾ ਕਲੋਰੀ ਵੀ ਪਾ ਲਈਏ ਤਾਂ ਉਹ ਵੀ ਬਿਹਤਰੀਨ ਹੈਗਾ ਵਾ, ਸੁੰਡੀ ਬਿਲਕੁਲ ਜਿਹੜਾ ਵਾ ਉਹ ਖਤਮ ਹੋ ਜਾਂਦੀ ਹੈ। ਔਰ ਅਸੀਂ ਇਹਨਾਂ 25 ਦਿਨਾਂ ਦੇ ਵਿੱਚ ਜਿਹੜੀ ਇਹਨੂੰ ਖੁਰਾਕ ਅਸੀਂ ਦੇ ਚੁੱਕੇ ਹਾਂ, ਪਹਿਲੇ ਤਾਂ ਸਭ ਤੋਂ ਪਹਿਲੇ ਤਾਂ ਜਦੋਂ ਇਹਨਾਂ ਦਾ ਅਗਾਹ ਹੋਇਆ ਸੀ, ਅਸੀਂ 24 ਘੰਟੇ ਵਾਲਾ ਸਪਰੇਅ ਨਹੀਂ ਸੀ ਕੀਤਾ, ਅਗਾਹ ਹੋਇਆ ਵਾ ਉਸ ਤੋਂ ਤਕਰੀਬਨ ਜਦੋਂ ਇਹਦੇ 'ਚ ਗੰਦ ਉੱਗ ਪਿਆ ਉਹ 10 ਦਿਨਾਂ 'ਚ ਉੱਗ ਪਿਆ, 12 'ਚ ਉੱਗ ਪਵੇ, ਉਦੋਂ ਅਸੀਂ ਇਹਨੂੰ ਗੈਂਗਵੀ ਦਾ ਸਪਰੇਅ ਕੀਤਾ ਸੀ। ਗੈਂਗਵੀ ਦਾ ਸਪਰੇਅ ਜਿਹੜਾ ਵਾ ਇਹਦੇ ਵਿੱਚ ਜਿਹੜਾ ਜੜੀ ਬੂਟੀ ਗੰਦ ਹੈ ਉਹਨੂੰ ਰੋਕ ਦਿੰਦਾ ਵਾ, ਗੰਦ ਬਲਕਿ ਖਤਮ ਕਰ ਦਿੰਦਾ, ਠੀਕ ਹੈ। ਉਹਦੇ ਨਾਲ ਹੀ ਅਸੀਂ ਜਿਹੜਾ ਐਮਾਮੈਕਟਨ ਲਿਊਫਰਾਨ ਪਾ ਦਿੱਤਾ ਸੀਗਾ, ਉਹਦੇ ਨਾਲ ਜਿਹੜੀ ਸੁੰਡੀ ਇਬਤਦਾਈ ਜਿਹੜਾ ਹਮਲਾ ਹੈਗਾ ਵਾ ਉਹ ਰੁਕ ਜਾਂਦਾ। ਸਾਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਜੋ ਹੀ ਇਹਦੀ ਜਰਮੀਨੇਸ਼ਨ ਹੋ ਜਾਵੇ ਇਹਨੂੰ ਜਿਹੜਾ ਸੁੰਡੀ ਵਾਲਾ ਸਪਰੇਅ ਕੋਈ ਵੀ ਤੁਸੀਂ ਕਰ ਸਕਦੇ ਜੀ, ਅਸੀਂ ਜਿਹੜਾ ਕਰ ਰਹੇ ਮੈਂ ਆਪਣੇ ਭਾਈ ਨਾਲ ਸ਼ੇਅਰ ਕਰ ਰਿਹਾ ਹਾਂ, ਠੀਕ ਹੈ। ਔਰ ਉਸ ਤੋਂ ਬਾਅਦ ਅਸੀਂ ਇਹਨੂੰ DAP ਜਿਹੜੀ ਆ ਕਾਸ਼ ਦੇ ਟਾਈਮ ਪਾ ਦਿਉ ਤਾਂ ਵੈਲ ਐਂਡ ਗੁੱਡ ਨਹੀਂ ਪਾ ਸਕਦੇ ਜਿਸ ਤਰ੍ਹਾਂ ਅਸੀਂ ਬਾਅਦ 'ਚ ਖੇਲੀਆਂ 'ਚ ਕੇਰੀ ਹੈ ਜਦੋਂ, ਔਰ ਜਦੋਂ ਸਪਰੇਅ ਕੀਤਾ ਨਾਲ ਹੀ ਜਿਹੜਾ ਇਹਨੂੰ ਪਾਣੀ ਲਾਤਾ ਔਰ ਇੱਕ 1 DAP ਜਿਹੜੀ ਉਹ ਘੇਰ ਦਿੱਤੀ, ਔਰ ਉਸ ਤੋਂ ਬਾਅਦ ਦੁਬਾਰਾ ਫਿਰ ਉਸ ਤੋਂ ਅਗਲਾ ਜਦੋਂ ਪਾਣੀ ਲਾਇਆ ਫਿਰ ਨਾਲ ਜਿਹੜੀ ਉਹ ਯੂਰੀਆ ਸਟਾਰਟ ਕਰ ਦਿੱਤੀ ਔਰ ਨਾਲ ਜਿਹੜੀ ਉਹ ਜ਼ਿੰਕ ਜਿਹੜੀ ਪਾਣੀ ਸਟਾਰਟ ਕਰ ਦਿੱਤੀ, ਠੀਕ ਹੈ। ਔਰ ਤਕਰੀਬਨ ਉਦੋਂ 17-18 ਦਿਨ ਦੀ ਕਹਿ ਲਓ ਜਾਂ 20 ਦਿਨ ਦੇ ਲਗਭਗ ਫਸਲ ਹੈਗੀ ਸੀ ਕਿ ਅਸੀਂ ਇਹਨੂੰ ਦਾਣੇਦਾਰ ਵੀ ਜਿਹੜੀ ਇਸ ਟਾਈਮ ਤੱਕ ਇੱਕ ਦਫਾ ਪਾ ਚੁੱਕੇ ਹਾਂ ਔਰ ਦਾਣੇਦਾਰ ਨਾਲ ਜਿਹੜੀ ਆ ਸੁੰਡੀ ਕੌਂਪਲ ਦੇ ਵਿੱਚ ਹੁੰਦੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਔਰ ਇਸ ਟਾਈਮ ਇਹਦੀ ਬਿਮਾਰੀ ਦਾ ਕੋਈ ਇੰਨਾ ਜ਼ਿਆਦਾ ਅਟੈਕ ਹਮਲਾ ਨਹੀਂ ਹੈਗਾ, ਲੇਕਿਨ ਉਸ ਦੇ ਬਾਵਜੂਦ ਅਹਤਿਆਤ ਨਾਲ ਸਪਰੇਅ ਕਰਦੇ ਪਏ। ਔਰ ਅੱਜ ਸਾਡੇ ਇਹ 25 ਦਿਨਾਂ ਦੇ ਵਿੱਚ 2 ਸਪਰੇਅ ਕੰਪਲੀਟ ਹੋ ਗਏ ਨੇ, ਇੱਕ ਅਸੀਂ ਦਾਣੇਦਾਰ ਪਾ ਚੁੱਕੇ ਹਾਂ, ਇੱਕ ਯੂਰੀਆ, ਇੱਕ DAP ਔਰ ਜ਼ਿੰਕ ਜਿਹੜੀ 10 ਲੀਟਰ ਪਰ ਏਕੜ ਉਹ ਅਸੀਂ ਪਾ ਚੁੱਕੇ ਹਾਂ। ਔਰ ਮੁਖਤਲਿਫ ਵਰਾਇਟੀਆਂ ਅਸੀਂ ਕਾਸ਼ਤ ਕੀਤੀਆਂ ਨੇ। 22 ਜੁਲਾਈ ਤੋਂ ਅਸੀਂ ਜਿਹੜੀ ਮੱਕੀ ਦੀ ਕਾਸ਼ਤ ਸਟਾਰਟ ਕੀਤੀ ਸੀਗੀ ਐਰੀਫੈਨ ਵਾਲੀ ਜਗ੍ਹਾ 'ਚ, ਔਰ 26-27 ਅਗਸਤ ਨੂੰ ਸਾਡੀ ਜਿਹੜੀ ਕੰਪਲੀਟ ਹੋ ਗਈ ਆ ਮੱਕੀ ਦੀ ਕਾਸ਼ਤ। 50-60 ਏਕੜ ਅਸੀਂ ਜਿਹੜੀ ਉਹ ਕਾਸ਼ਤ ਕੀਤੀ ਆ, ਮੁਖਤਲਿਫ ਵਰਾਇਟੀਆਂ ਕਾਸ਼ਤ ਕੀਤੀਆਂ ਨੇ। ਸਾਡੇ ਇਲਾਕੇ ਦੇ ਵਿੱਚ ਮੁਖਤਲਿਫ ਵਰਾਇਟੀਆਂ ਕਾਸ਼ਤ ਹੁੰਦੀਆਂ ਨੇ, ਜਿਨ੍ਹਾਂ ਵਿੱਚ ਚੰਦ ਮੈਂ ਤਾਂ ਆਪਣੇ ਭਾਈਆਂ ਨੇ ਬਿਆਨ ਕਰ ਦੇਣਾ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਅਸੀਂ ਕਾਸ਼ਤ ਕੀਤੀਆਂ ਨੇ ਉਹ ਮੈਂ ਆਪਣੇ ਭਾਈਆਂ ਨੇ ਬਿਆਨ ਕਰ ਦੇਣਾ। 80x40x40
3875-8148 ਇਹ ਅਸੀਂ ਵਰਾਇਟੀਆਂ ਜਿਹੜੀਆਂ ਨੇ ਕਾਸ਼ਤ ਕੀਤੀਆਂ ਨੇ। ਬਾਕੀ ਸਾਡੇ ਇਲਾਕੇ ਦੇ ਵਿੱਚ 828-6264-4932-3 ਮੁਖਤਲਿਫ ਵਰਾਇਟੀਆਂ, ਹਰ ਬੰਦੇ ਦੀ ਇੱਕ ਆਪਣੀ ਪਸੰਦ ਹੁੰਦੀ, ਹਰ ਬੰਦਾ ਇੱਕ ਆਪਣੀ ਫਸਲੀ ਦੇ ਹਿਸਾਬ ਨਾਲ ਜਿਹੜਾ ਵਾ ਉਹ ਬੀਜ ਕਾਸ ਕਰਦਾ ਜਾਂ ਫਸਲ ਨੂੰ ਖੁਰਾਕ ਦਿੰਦਾ ਵਾ, ਠੀਕ ਹੈ। ਔਰ ਜਿਹੜੀਆਂ ਅਸੀਂ 4 ਵਰਾਇਟੀਆਂ ਕਾਸ਼ਤ ਕੀਤੀਆਂ ਮੁਖਤਲਿਫ ਮਰਹਲ ਦੇ ਵਿੱਚ ਅਸੀਂ ਕਾਸ਼ਤ ਕੀਤੀਆਂ ਨੇ, ਇਨਸ਼ਾਅੱਲਾ ਤਾਲਾ ਗਾਇਬ ਗਾਇਬ ਹੈ। ਜਿਹੜੀ ਸਭ ਤੋਂ 22 ਜੁਲਾਈ ਵਾਲੀ ਸਾਡੀ ਹੈਗੀ ਉਹ ਅਲਹਮਦੁਲਿਲਾ ਇਸ ਟਾਈਮ 40-42 ਦਿਨ ਦੀ ਫਸਲ ਹੋ ਗਈ ਆ, ਔਰ ਉਹਦਾ ਜਿਹੜਾ ਕੱਦ ਹੈ ਮਾਸ਼ਾਅੱਲਾ 5 ਫੁੱਟ ਹੈ, ਠੀਕ ਉਹਦੀ ਗਰੋਥ ਹੋਈ ਹੈ। ਉਹ ਅਸੀਂ ਐਰੀਫੈਨ ਵਾਲੀ ਜਗ੍ਹਾ 'ਤੇ ਕਾਸ਼ਤ ਕੀਤੀ। ਲਾਸਟ ਟਾਈਮ ਜਿਹੜੀ ਅਸੀਂ ਅਗਸਤ ਦੇ ਆਖਰੀ ਹਫ਼ਤੇ ਦੀ ਕਾਸ਼ਤ ਕੀਤੀ ਆ ਉਹ ਹਾਈਬ੍ਰਾਈਡ ਵਾਲੀ ਜਗ੍ਹਾ 'ਤੇ ਅਸੀਂ ਕਾਸ਼ਤ ਕੀਤੀ ਹੈ। ਕੋਸ਼ੀਆਂ ਦੇ ਵਿੱਚ ਤਿਲਾਂ ਵਾਲੀ ਜ਼ਮੀਨ ਵੀ ਹੈਗੀ ਸੀ, ਉਹਦੇ 'ਚ ਵੀ ਅਸੀਂ ਕਾਸ਼ਤ ਕੀਤੀ ਔਰ ਸਾਡੀ ਕਾਸ਼ਤ ਕੰਪਲੀਟ ਹੋ ਗਈ। ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਜਿਹੜੀ ਆਪਣੀ ਮੌਸਮੀ ਮਕਈ ਹੈਗੀ ਆ ਇਹਨੂੰ ਜਿਹੜੀ ਆਪਾਂ ਖੁਰਾਕ ਦੇਣੀ ਹੈ ਇਹਨੂੰ ਜਲਦੀ ਤੋਂ ਜਲਦੀ ਇਹਦੀ ਖੁਰਾਕ ਜਿਹੜੀ ਸਾਨੂੰ ਮੁਕੰਮਲ ਕਰਨੀ ਚਾਹੀਦੀ, ਕਿਉਂਕਿ ਸ਼ਾਰਟ ਜਾਂ ਟਾਈਮ ਦੀਆਂ ਵਰਾਇਟੀਆਂ ਹੁੰਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਟਾਈਮ ਲੈਣਗੀਆਂ 100 ਦਿਨ। ਕੋਈ ਵਰਾਇਟੀਆਂ ਜਿਹੜੀਆਂ 100 ਤੋਂ ਕਰਾਸ ਕੋ 5-4 ਦਿਨ ਕਰ ਜਾਂਦੀਆਂ ਨੇ, 90-95-100-105-10 ਇਸ ਦੌਰਾਨ ਜਿਹੜੀਆਂ ਨੇ ਵਰਾਇਟੀਆਂ ਜਿਹੜੀਆਂ ਤਿਆਰ ਹੋ ਜਾਂਦੀਆਂ ਔਰ ਬਿਲਕੁਲ ਸ਼ਾਰਟ ਜਾਂ ਟਾਈਮ ਦੀ ਜਿਉਂ ਹੀ ਇਹ ਮਹੀਨੇ ਤੋਂ ਕਰਾਸ ਹੋਣੀ ਹੈ ਮਾਸ਼ਾਅੱਲਾ ਇਹਨਾਂ ਦੀ ਗਰੋਥ ਡੇ ਬਾਏ ਡੇ ਜਿਹੜੀ ਉਹ ਵੱਧਦੀ ਜਾ ਰਹੀ ਹੁੰਦੀ, ਠੀਕ ਹੈ। ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਇਬਤਦਾਈ ਦਿਨਾਂ ਦੇ ਵਿੱਚ ਸਾਨੂੰ ਇਹਦੀ ਖੁਰਾਕ ਜਿਹੜੀ ਉਹ ਕੰਪਲੀਟ ਕਰਨੀ ਚਾਹੀਦੀ ਆ। ਅਸੀਂ ਦੀ ਜਿਹੜੀ ਖੁਰਾਕ ਦਿੰਦੇ ਜ਼ਿਆਦਾਤਰ ਤਾਂ ਅਸੀਂ 1 DAP ਪਾਈ ਦੀ ਆ, ਕਿੱਲੇ ਜਿਹੜੇ ਮਾੜੇ ਨੇ ਕਮਜ਼ੋਰ ਨੇ ਗਰੋਥ ਸਹੀ ਨਹੀਂ ਕਰਦੇ ਪਏ ਉਹਨਾਂ ਨੂੰ ਵਧਾ ਦਈਏ ਅਤੇ ਵਧਾ ਦਈਏ, ਲੇਕਿਨ ਜ਼ਿਆਦਾ ਅਸੀਂ ਜਿਹੜੀ ਖਾਦ ਪਾਉਂਦੇ ਹਾਂ ਉਹ ਘੇਰਦੇ ਹਾਂ, ਮਸਲ ਜਿਹੜੀ DAP ਆ ਉਹ 6 ਇੰਚ ਘੇਰੀ ਦੀ ਥੱਲੇ ਜਿਹੜੀ ਉਹ ਘੱਟ ਵੱਧ ਦੀ ਪਾਈ ਦੀ ਆ, ਅਤੇ ਉਸ ਤੋਂ ਬਾਅਦ ਫਿਰ ਯੂਰੀਆ ਅਸੀਂ 4-4 ਪਾ ਦਈਏ 5-5 ਪਾ ਦਈਏ, ਨਾਲ ਜਿਹੜੀ ਨੈਟਰੋਫਾਸ ਦੀ ਬੋਰੀ ਲਾ ਦਈਏ, ਉਹ ਫਿਰ ਫਸਲ ਨੂੰ ਕੰਡੀਸ਼ਨ ਨੂੰ ਵੇਖ ਕੇ ਜਿਹੜਾ ਵਾ ਉਹ ਪਾਣੀ ਪੈਂਦੀ ਆ। ਲੇਕਿਨ ਅਲਹਮਦੁਲਿਲਾ ਜਿਹੜੀ ਇਹਦੀ ਐਵਰੇਜ ਹੈ ਉਹ ਅੱਛੀ ਆ ਜਾਂਦੀ, ਮਾੜੀ ਨਹੀਂ ਆਉਂਦੀ। ਬਾਕੀ ਕਿੱਸਾ ਮੁਕਸਰ ਇਹ ਕਿ ਜਿਹੜੀ ਇਹਦੀ ਦਾਣੇਦਾਰ ਹੈ ਪਹਿਲਾਂ ਸਪਰੇਅ ਇਹਨੂੰ ਜੋ ਹੀ ਉੱਗੇ ਇਹਨੂੰ ਕਰ ਦਿਓ ਕੀੜੀ ਵਾਲਾ ਸੁੰਗੜੀ ਵਾਲਾ, ਤਾਂ ਕਿ ਇਬਤਦਾਈ ਜਿਹੜਾ ਵਾ ਉਹਦਾ ਇਹਦੇ ਕੰਟਰੋਲ ਕੀਤਾ ਜਾ ਸਕੇ, ਬਿਮਾਰੀ ਨੂੰ ਜਿਹੜਾ ਰੋਕਿਆ ਜਾ ਸਕੇ, ਠੀਕ ਹੈ। ਔਰ ਦੂਸਰਾ ਨਾਲ ਹੀ ਜੋ ਹੀ ਦੀ ਕੌਂਪਲ ਵੱਡੀ ਹੋਏ ਤਾਂ ਇਹਨੂੰ ਜਿਹੜੀ ਦਾਣੇਦਾਰ ਸਾਨੂੰ ਪਵਾ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੀ ਸੁੰਡੀ ਹੈ ਉਹ ਅੱਗੇ ਨਾ ਵੱਧ ਸਕੇ, ਉਹ ਉੱਥੇ ਹੀ ਖਤਮ ਹੋ ਜਾਵੇ। ਔਰ ਤਕਰੀਬਨ ਕੋਸ਼ਿਸ਼ ਕਰੋ ਕਿ ਮਹੀਨੇ ਦੇ ਵਿੱਚ ਜਿਹੜੇ ਤੁਸੀਂ ਇਹਦੇ 2 ਸਪਰੇਅ ਜਿਹੜੇ ਉਹਨਾਂ ਨੂੰ ਕੰਪਲੀਟ ਕਰ ਲਓ, ਅਤੇ ਵੈਲ ਐਂਡ ਗੁੱਡ ਹੈਗਾ, ਉਹਦੇ ਨਾਲ ਗਰੋਥ ਵੀ ਬਿਹਤਰ ਹੁੰਦੀ, ਬਿਮਾਰੀ ਜਿਹੜੀ ਹੈ ਉਹ ਵੀ ਰੁਕ ਜਾਂਦੀ ਹੈ। 1 ਸਪਰੇਅ ਵੀ ਕਰ ਲਓ ਉੱਤੋਂ ਨਾਲ ਦਾਣੇਦਾਰ ਪਾ ਦਿਓ, ਉਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪੈ ਜਾਂਦਾ। ਫਿਰ ਇਹਤਿਆਤਨ ਜਿਹੜਾ ਉਹ ਕਰ ਛੱਡਿਆ ਕਰੋ, ਅਤੇ ਖੁਰਾਕ ਕੋਸ਼ਿਸ਼ ਕਰਨੀ ਇਹ ਸ਼ਾਰਟ ਟਾਈਮ ਦੀਆਂ ਵਰਾਇਟੀਆਂ ਨੇ ਉਹਨਾਂ ਨੂੰ ਜਲਦੀ ਜਿਹੜੀ ਮੁਕੰਮਲ ਕਰਨਾ ਕਰ ਲਈਏ ਤਾਂ ਕਿ ਆਪਾਂ ਅੱਛੀ ਜਿਹੜੀ ਉਹਨਾਂ ਤੋਂ ਪੈਦਾਵਾਰ ਲੈ ਸਕੀਏ। ਬਾਕੀ ਦੁਆਵਾਂ ਯਾਦ ਰੱਖੀਏਗਾ, ਆਪਣਾ ਖਿਆਲ ਰੱਖੀਏਗਾ, ਅੱਲਾ ਨੇ ਕੇ ਬਾਂਗ।